ਗੋਲਡ ਮੈਡਲ ਨਾਲ ਨਵਾਜਿਆ ਗਿਆ। ਰਾਜ ਬੜੇ ਨੇ ਡੂੰਘੇ ਸਜਣਾ ਪਾਈਆਂ ਸਰਦਾਰਾਂ ਦੇ, ਉਹਨਾਂ ਗੀਤਾਂ ਦਾ, ਉਹਨਾਂ ਕਲਾਮਾਂ ਦਾ ਸ਼ਾਹਕਾਰ ਤੁਹਾਡੇ ਸਨਮੁਖ ਜਾ ਰਿਹਾ। ਸੂਫੀ ਗਾਇਕੀ ਦੀ ਲਹਿਰ, ਤੁਹਾਡਾ ਆਪਣਾ ਜੱਸਾ ਫਤਿਹਪੁਰੀਆਂ ਫਤਿਹਪੁਰੀਆਂ। ਵੱਡਾ ਧੰਨਵਾਦ ਪੰਜਾਬ 24 ਲਾਈਵ ਦੇ ਜ਼ਰੀਏ। ਅਸੀਂ ਇਸ ਨਗਰ ਵਿੱਚ ਨਹੀਂ, ਅਸੀਂ ਅਮੈਰੀਕਾ ਵਿੱਚ ਵੀ ਬੈਠੇ ਹਾਂ, ਕੈਨੇਡਾ ਵਿੱਚ ਵੀ ਬੈਠੇ ਹਾਂ, ਕੁਵੈਤ 'ਚ ਵੀ ਬੈਠੇ ਹਾਂ, ਦੁਬਈ 'ਚ ਵੀ ਬੈਠੇ ਹਾਂ, ਇਹ ਦੁਨੀਆ ਭਰ ਦੇ ਵਿੱਚ ਇਹ ਮੇਲਾ ਜਾ ਰਿਹਾ। ਤੋ ਮੈਂ ਥੈਂਕਸ ਕਰਦਾ ਪੰਜਾਬ 24 ਲਾਈਵ ਦੇ ਜ਼ਰੀਏ, ਇਹ ਪੂਰੀ ਟੀਮ ਜਿਹੜੀ ਸੇਵਾ ਨਿਭਾ ਰਹੇ, ਮੈਂ ਧੰਨਵਾਦ ਕਰਦਾ। ਅਤੇ ਆਓ ਸ਼ੁਰੂਆਤਾਂ ਕਰੀਏ। ਜਿਹੜੇ ਜਿਹੜੇ ਕਿਸੇ ਦੇ ਲੜ ਲੱਗੇ ਹੋਏ ਨੇ ਉਹ ਜਾਣਦੇ ਨੇ ਕਿ ਸ਼ੁਰੂਆਤ ਜਦੋਂ ਵੀ ਕਿਸੇ ਕਾਰਜ ਦੀ ਹੁੰਦੀ ਹੈ ਤਾਂ ਆਪਣੇ ਮੁਨਸਿਫ, ਆਪਣੇ ਰਹਿਬਰ, ਆਪਣੇ ਸਤਿਗੁਰ, ਆਪਣੇ ਮੁਰਸ਼ਦ ਦੇ ਕਦਮਾਂ ਤੋਂ ਹੁੰਦੀ ਹੈ। ਉਹ ਸਾਡੀ ਵੀ ਹਰ ਇੱਕ ਹੁਕਮ ਜਿਹੜੀ ਉਹਨਾਂ ਦੇ ਕਦਮਾਂ ਤੋਂ ਹੁੰਦੀ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੁਕਮ ਉਹਦੀ ਤਾਮੀਲ ਹੋਏਗੀ। ਕਹਿੰਦੇ ਕਿ ਸਰਕਾਰ ਜਿਹਨਾਂ ਦੇ ਮੁਰਸ਼ਦ ਕਾਮਲ ਨੇ ਉਹ ਮੌਤ ਡਰਾਉਂਦੇ ਨੇ, ਜਿਹਨਾਂ ਦੇ ਮੁਰਸ਼ਦ ਕਾਮਲ ਨੇ ਉਹ ਮੌਤ ਡਰਾਉਂਦੇ ਨੇ, ਜਿਹੜੇ ਅਲੀ ਦਾ ਵਿਰਦ ਵਗਾਉਂਦੇ ਉਹ ਖੈਬਰ ਤੋੜ ਵਿਖਾਉਂਦੇ ਨੇ, ਉਹ ਹਸਨ ਹੁਸੈਨ ਹੀ ਸੀ ਜੋ ਡੈਣ ਤੋਂ ਹੂਰ ਬਣਾਉਂਦੇ ਨੇ, ਮੇਰੇ ਗੌਸਲੇ ਆਜ਼ਮ ਨੇ ਜੋ ਰੂਹਾਂ ਮੋੜ ਲਿਆਉਂਦੇ ਨੇ, ਜਿਹਨਾਂ ਦੇ ਮੁਰਸ਼ਦ ਕਾਮਲ ਨੇ ਉਹ ਮੌਤ ਡਰਾਉਂਦੇ ਨੇ। ਤਾਂ ਆਪਣੇ ਮੁਨਸਬ ਦੇ ਕਦਮਾਂ ਵਿੱਚ ਹਾਜ਼ਰੀ ਮੇਰਾ ਵੀਰ ਜੱਸਾ ਫਤਿਹਪੁਰੀਆਂ। ਸੋ ਹਾਜ਼ਰੀ, ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ, ਸਵਾਈ ਦੇ ਮੇਲੇ ਦੀ ਆਪ ਸਭ ਨੂੰ ਲੱਖ ਲੱਖ ਵਧਾਈ। ਸੋ ਜਿੰਨੇ ਵੀ ਵੱਖ ਵੱਖ ਦਰਬਾਰਾਂ ਤੋਂ ਸ਼ਾਹੀ ਫਕੀਰ ਬੈਠੇ ਨੇ, ਸਭ ਨੂੰ ਸਾਡੇ ਸਾਰੇ ਸੰਗੀਤ ਪਰਿਵਾਰ ਵੱਲੋਂ ਸਜਦਾ ਸਲਾਮ ਕਬੂਲ ਹੋਵੇ। ਸਾਡੇ ਬਾਬਾ ਜੀ ਮਾਈ ਕੁਲਵਿੰਦਰ ਕਾਦਰੀ ਜੀ, ਇੱਕ ਵਾਰੀ ਜ਼ੋਰਦਾਰ ਤਾੜੀ ਜਨਾ ਸਦਕਾ, ਤੁਹਾਡੀਆਂ ਸਾਰੀਆਂ ਰੱਬ ਰੂਹਾਂ ਦੇ ਦੀਦਾਰ ਹੋਏ ਨੇ। ਹੋਰ ਸ਼ਾਹੀ ਫਕੀਰ ਬੈਠੇ ਨੇ ਖਵਾਜਾ ਸਾਹਿਬ ਦੇ ਦਰਬਾਰ ਤੋਂ, ਹੋਰ ਵੱਖ ਵੱਖ ਦਰਬਾਰਾਂ ਤੋਂ, ਮੈਂ ਸਭ ਨੂੰ ਸਜਦਾ ਸਲਾਮ ਕਰਦਾ। ਔਰ ਸ਼ੁਕਰਗੁਜ਼ਾਰ ਹੈ ਸਾਰੀ ਸੰਗਤ ਦਾ ਜੋ ਕਿ ਸਾਰੇ ਕਲਾਕਾਰਾਂ ਨੂੰ ਵਾਰੀ ਵਾਰੀ ਇੰਨਾ ਪਿਆਰ ਬਖਸ਼ਦੇ ਹੋ। ਦਰਬਾਰ ਇਸ਼ਿਆਕਾਰੀ ਜੀ, ਇੱਕ ਵਾਰੀ ਜ਼ੋਰਦਾਰ ਤੁਹਾਡੀ ਉਹਨਾਂ ਦੇ ਨਾਂ 'ਤੇ ਮਸਤਾਂ ਦਾ ਦਰਬਾਰ।
ਪਰ ਇੱਕ ਜ਼ੋਰਦਾਰ ਤਾੜੀ ਉਹਨਾਂ ਦੇ ਨਾਂ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਸਦਕਾ ਨਗਰੀ ਵਸੀ। ਸਾਡੇ ਰਿਸ਼ੀ ਠਾਕਰ ਦਾਸ ਇੱਕ ਵਾਰੀ ਜ਼ੋਰਦਾਰ ਤਾੜੀ ਉਹਨਾਂ ਦੇ, ਕਿਉਂਕਿ ਬੜੀ ਅਪਾਰ ਕਿਰਪਾ ਹੁੰਦੀ ਹੈ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੀ, ਫਕੀਰਾਂ ਦੀ। ਇਹਨਾਂ ਨੂੰ ਕਹਿੰਦੇ ਆ ਜੰਗਲਾਂ 'ਚ ਮੰਗਲ ਲਾ ਦੇਣੇ, ਇਹ ਚਿੜੀਆਂ ਇਹ ਜੰਗਲ ਆਬਾਦ ਹੋਏ ਹੈ ਅਤੇ ਇਹਨਾਂ ਸ਼ਾਹੀ ਫਕੀਰਾਂ ਦੀ ਬਦੌਲਤ ਜਿਨ੍ਹਾਂ ਨੇ ਇਬਾਦਤ ਕੀਤੀ ਰੱਬ ਨੂੰ ਯਾਦ ਫਰਮਾਇਆ ਹੈ। ਤਾਂ ਆ ਇਹ ਦੁਨੀਆਂ ਤਾਂ ਅੱਜ ਵਸ ਰਹੀ ਹੈ ਇਹਨਾਂ ਸਾਰੇ ਸੰਤਾਂ ਮਹਾਂਤਾਂ ਮਹਾਂਪੁਰਸ਼ਾਂ ਦੇ, ਫਕੀਰਾਂ ਦੇ ਨਾਂ 'ਤੇ ਇੱਕ ਵਾਰੀ ਜ਼ੋਰਦਾਰ ਚੱਲੀ। ਕਹਿੰਦੇ ਮੈਂ ਕਰਜਾਈ ਮਾਂ ਆਪਣੀ ਦਾ ਇੱਕ ਵਾਰੀ ਜ਼ੋਰਦਾਰ ਤਾੜੀ ਆਪਣੀ ਮਾਂ ਦੇ ਨਾਂ 'ਤੇ ਜਿਹਨੇ ਦੁਨੀਆਂ ਦਿਖਾਲੀ ਹੈ। ਇੱਕ ਮਾਂ ਹੀ ਐਸਾ ਨਾਮ ਹੈ ਜਿਹਨੂੰ ਰੱਬ ਦਾ ਦੂਸਰਾ ਦਰਜਾ ਦਿੱਤਾ ਗਿਆ। ਦੁਨੀਆਂ 'ਤੇ ਜਿੰਨੇ ਵੀ ਸੰਤ ਮਹੰਤ ਮਹਾਂਪੁਰਸ਼ ਪੀਰ ਪੈਗੰਬਰ ਮਸਤ ਬਲੀ ਔਲੀਏ ਹੋਏ ਹੈ ਸਭ ਨੇ ਮਾਂ ਦੇ ਪੇਟੋਂ ਜਨਮ ਲਿਆ, ਇਸ ਕਰਕੇ ਦੂਸਰਾ ਰੱਬ ਮਾਂ ਹੈ, ਹੋਰ ਕਿਸੇ ਨੂੰ ਇਹ ਰੁਤਬਾ ਨਹੀਂ ਮਿਲਿਆ। ਕਹਿੰਦੇ ਮੈਂ ਕਰਜਾਈ ਮਾਂ ਆਪਣੀ ਦਾ ਜਿਸ ਨੇ ਜੰਗ ਦਿਖਾਇਆ, ਫਿਰ ਕਰਜਾਈ ਮੁਰਸ਼ਦ ਦਾ ਜਿਹਨੇ ਮੌਲਾ ਯਾਰ ਬਣਾਇਆ, ਪੰਜ ਪੀਰਾਂ ਦਾ ਪੰਜਾਂ ਸੱਤੇ ਮੈਨੂੰ ਮਸਤਾਂ ਦਾ ਗੋਦ ਖਿਡਾਇਆ, ਨਾਲ ਮਲੰਗਾ ਪੈ ਗਈ ਯਾਰੀ ਅਤੇ ਮੈਨੂੰ ਸਬਰ ਦਾ ਰੰਗ ਖਿਡਾਇਆ। ਇੱਕ ਗੁਰੂ ਯਾਰ ਕਲੰਦਰ ਦਿੱਤੇ, ਇੱਕ ਗੁਰੂ ਯਾਰ ਕਲੰਦਰ ਦਿੱਤੇ, ਮੈਂ ਤਾਂ ਇਹ ਭੇਸ ਬਣਾਇਆ। ਸਮਰਸ਼ਨ ਤੋਂ ਸ਼ੁਰੂਆਤ ਕਰਦੇ ਹੋ ਆਪਣੇ ਆਪਣੇ ਸਤਿਗੁਰ ਦੇ ਨਾਂ ਤੇ ਜ਼ੋਰਦਾਰ ਤਾੜੀ ਸ਼ੁਰੂ ਕਰਦੇ ਹੋ। ਜਿੰਨਾ ਵੀ ਮੁਰਸ਼ਦ ਦੇ ਤੇ ਬਿਸਮਿਲਾ ਕਹਿ ਕੇ ਚਾਹੇ ਤੱਤੀਆ ਚਾਹੇ ਠੰਡੀਆ ਤੇ ਮਿਲ ਗਈ ਦਾ ਸ਼ੁਕਰ, ਚਾਹੇ ਗੁੱਸੇ ਚਾਹੇ ਰਾਜੀ ਪਰ ਸੱਦ ਕੇ ਕੋਣ ਬਚਾ ਲਈ, ਹਮੇਸ਼ਾ ਰੁਸਦਾ ਨਹੀਂ ਜੇ ਰੁਸ ਜਾਵੇ ਤਾਂ ਬੜੀ ਕੰਜਰੀ ਯਾਰ। ਮੇਰੀ ਸਰਕਾਰ ਸਾਈਂ ਬੁੱਲੇ ਸ਼ਾਹ, ਸੱਜਣ ਰੁੱਸ ਗਏ ਤਾਂ ਦੁਨੀਆਂ ਤੋਂ ਇੱਕ ਪਾਸਾ ਕਰਕੇ ਕੰਜਰੀ ਕਹਾ ਕੇ ਵੀ ਸੱਜਣ ਰਾਜੀ ਕਰਨੇ ਪਏ, ਸੱਜਣ ਹੋ ਕੇ ਰਾਈਆਂ ਦੇ ਅੱਗੇ ਨੱਚਣਾ ਪੈ ਗਿਆ, ਕਿਉਂਕਿ ਕਿਸੇ ਦਾ ਸੱਜਣ ਨਾ ਰੁੱਸੇ, ਸਿਰ ਦਾ ਸਾਈਂ ਨਾ ਰੁੱਸੇ, ਸਤਿਗੁਰ ਨਾ ਰੁੱਸੇ, ਉਹਦੀ ਅਪਾਰ ਕਿਰਪਾ ਦੇ ਨਾਲ ਹੀ ਜ਼ਿੰਦਗੀ ਬੰਦਾ ਜੀ ਰਹੇ। ਉਹ ਨਾ ਮੰਗਿਆ ਨੀ ਤੂੰ ਜਿੰਨਾ ਬਖਸ਼ ਦਿੱਤਾ, ਰੱਖਾਂ ਪਾ ਕੇ ਕੇਸ ਪੜਦਿਆਂ ਅੱਖਾਂ ਮੀਚੀਆਂ ਤਨ ਤੇ ਚਾਰ ਦੀ ਰਾਂ ਤੇ ਸਾਬਣ ਜੋਗ ਨਹੀਂ ਅੱਖੀਆਂ, ਹੱਕ ਸੱਚ ਤੇ ਸਿਦਕ ਦੀ ਖਾਈ ਜਾਵਾਂ, ਇੰਨੀ ਮਿਹਰ ਕਰੀ ਤੂੰ ਡੋਲਿਆ ਮੰਗਿਆ ਨੀ। ਕਹਿੰਦੇ ਉਹਨਾਂ ਬੰਦਾ ਮੰਗਦਾ ਹੀ ਨਹੀਂ ਜਿੰਨਾ ਦੇ ਦਿੰਦਾ,
ਬਸ ਇੱਕ ਭਰੋਸਾ ਰੱਖਣਾ ਪੈਂਦਾ ਹੈ ਭਾਜੀ ਥੋੜ੍ਹੀ ਜਿਹੀ ਕਿਤੇ ਨਹੀਂ ਪਾਈ ਚੱਲਦੇ ਦੇ ਨਾਲ ਰੱਖਿਓ ਜ਼ਰੂਰ ਪਰ ਜ਼ਿਆਦਾ ਰਿਪੀਟ ਨਹੀਂ ਹੋਏਗੀ ਗੱਲ ਤਾਂ ਸਮਝ ਆਉਣੀ ਚਾਹੀਦੀ ਗਾਉਣਾ ਗਾਣਾ ਬੜੀ ਦੂਰ ਦੀ ਗੱਲ ਮੇਰਾ ਵੱਡਾ ਵੀਰ ਜਮਨਾਰ ਸੀਲਾ ਜਿਹਨਾਂ ਦੇ ਨਾਲ ਕੋਰਸ ਵੀ ਬੋਲਦੇ ਰਹੇ ਉਹ ਪਹਿਲਾਂ ਸਭ ਨੂੰ ਬੜੇ ਬਾਖੂਬੀ ਤਰੀਕੇ ਦੇ ਨਾਲ ਹਾਜ਼ਰੀ ਪਾ ਕੇ ਗਏ ਆ ਮਾਣਾ ਉਹਨਾਂ ਦਾ ਅਸੀਂ ਤਾਂ ਉਹ ਸਰਕਾਰ ਦਾ ਸਤਸੰਗ ਕਰਨਾ ਹੈ ਉਹਦੀ ਰਜ਼ਾ ਦੇ ਵਿੱਚ ਜਿਵੇਂ ਰਾਜ਼ੀ ਹੈ ਉਹਨੂੰ ਰਾਜ਼ੀ ਕਰਨਾ ਅਸੀਂ ਗਾਉਣਾ ਗਾਣਾ ਕੀ ਹੈ ਗਾਉਣਾ ਤਾਂ ਬੜੀ ਦੂਰ ਦੀ ਗੱਲ ਆ ਫਕੀਰ ਗਾਉਣ ਤੋਂ ਹੀ ਸ਼ੁਰੂ ਹੁੰਦੇ ਆ ਜਦੋਂ ਸਤਿਗੁਰ ਦੇ ਲੜ ਲੱਗ ਜਾਈਏ ਜਦੋਂ ਨੱਥ ਪੈ ਜਾਂਦੀ ਹੈ ਉਦੋਂ ਆਹ ਦੁਨਿਆਵੀ ਗੱਲਾਂ ਤੋਂ ਬੜਾ ਬੰਦਾ ਦੂਰ ਹੋ ਜਾਂਦਾ ਹੈ ਦੁਨੀਆ ਪਰਖਣ ਲੱਗ ਪਈ ਮਸ਼ਹੂਰ ਹੋ ਗਏ ਉਹਨਾਂ ਪਰਖੇ ਜਿਸ ਦੇ ਨੂਰ ਚੇ ਨੂਰ ਹੋ ਗਏ ਉਹ ਦੁਨੀਆ ਵੱਖਰੀ ਹੋ ਗਈ ਉੱਥੇ ਮਸਤ ਮੌਲਿਆਂ ਦੀ ਆ ਦੁਨੀਆ ਤੋਂ ਤਾਂ ਹੀ ਕੋਹਾ ਦੂਰ ਹੋ ਗਏ ਛੱਡੀ ਸਭ ਕੁਛ ਦੇ ਦਿੱਤਾ ਹੁਣ ਲੋੜ ਰਹੀ ਨਾ ਮੰਗਣ ਦੀ ਭਰਪੂਰ ਹੋ ਗਏ ਹੁਣ ਲੋੜ ਰਹੀ ਨਾ ਮੰਗਣ ਦੀ ਭਰਪੂਰ ਹੋ ਗਏ ਹੁਣ ਮੇਰੇ ਮਾਲਕ ਦੀ ਵਡਿਆਈ Thank you.
ਗੱਲ ਚੱਲਦੀ ਹੈ ਤਾਂ ਆਪਣੇ ਮੁਰਸ਼ਿਦ ਦੀ ਆਪਣੇ ਸਤਿਗੁਰ ਦੀ ਗੱਲ ਕਰਨੀ ਬਣਦੀ ਹੈ ਸਭ ਤੋਂ ਪਹਿਲਾਂ। ਜੇ ਮੈਂ ਆਪਣੇ ਮੁਰਸ਼ਿਦ ਦੀ ਆਪਣੇ ਸਤਿਗੁਰ ਦੀ ਗੱਲ ਕਰ ਰਿਹਾ ਉਹਦਾ ਵੀ ਖਸਮ ਬੈਠਾ ਹੈ। ਉਹਨਾਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਜਿੱਥੋਂ ਆਪ ਫਕੀਰ ਪੈਦਾ ਹੁੰਦੇ ਦੇਖੋ ਜ਼ੋਰਦਾਰ ਤਾਲੀ ਗਿਆਰਵੀਂ ਸਰਕਾਰ ਗੌਸ ਪਾਕ ਸਰਕਾਰ ਦੇ ਨਾਂ ਤੇ ਲਾਉਂਦੀ। ਇਹ ਦੁਨੀਆਂ ਦੇ ਜਿੰਨੇ ਵੀ ਸੰਤ ਮਹੰਤ ਮਹਾਂਪੁਰਸ਼ ਪੀਰ ਪੈਗੰਬਰ ਮਸਤ ਵਜੀਏ ਹੋਲੀ ਹੋਏ ਹੈ ਨਾ, ਜਿੰਨਾ ਚਿਰ ਮੇਰੀ ਗਿਆਰਵੀਂ ਵਾਲੀ ਸਰਕਾਰ ਦੇ ਮੋਹਰ ਨਹੀਂ ਲੱਗਦੀ ਉਹਨਾਂ ਚਿਰ ਫਕੀਰ ਨਿਕਲਿਆ ਜਾਂਦਾ। ਮਹਿਬੂਬੇ ਸਹਾਨੀ ਰੁਤਬੇ ਜਿਹਨਾਂ ਨੂੰ ਰੁਤਬੇ ਮਿਲੇ ਆ ਸਰਕਾਰਾਂ ਨੂੰ, ਬਗਦਾਦ ਸ਼ਹਿਰ ਵਾਲੀ ਸਰਕਾਰ ਉਹਨਾਂ ਦੀ ਗੱਲ ਕਰਨੀ ਬਣਦੀ ਜਿਹੜੇ ਫਕੀਰਾਂ ਨੂੰ ਪੈਦਾ ਕਰਦਾ ਹੈ। ਆਪਣੇ ਆਪਣੇ ਸਤਿਗੁਰ ਦੀ ਜ਼ੋਰਦਾਰ ਤਾੜੀਆਂ ਚਾਹੀਦੀਆਂ ਜੀ, ਕਿਉਂਕਿ ਇਨਸਾਨ ਭਾਵਾਂ ਕੋਝਾ ਕਮਲਾ ਕਿਉਂ ਨਾ ਹੋਵੇ, ਚਾਹੇ ਅਗਿਆਨਤਾ ਦੇ ਨੇੜ ਵਿੱਚ ਹੋਵੇ, ਪਰ ਜਦੋਂ ਕਿਸੇ ਮੁਰਸ਼ਦ ਦੇ ਲੜ ਲੱਗ ਜਾਂਦਾ, ਮੁਰਸ਼ਦ ਦਾ ਸਿਰ ਤੇ ਹੱਥ ਹੋ ਜਾਂਦਾ ਤੇ ਫਿਰ ਬੰਦਾ ਕੋਝਾ ਕਮਲਾ ਵੀ ਗਿਆਨਵਾਨ ਹੋ ਜਾਂਦਾ। ਖੰਡਾ ਬ੍ਰਹਮੰਡਾਂ ਦੇ ਭੇਦ ਖੁੱਲ ਜਾਂਦੇ ਆ। ਉਹ ਕਹਿੰਦਾ ਕਿਉਂਕਿ ਮੁਰਸ਼ਦ ਇੱਕ ਇਸ਼ਾਰਾ ਕਰਦਾ, ਇੱਕ ਨਜ਼ਰ ਕਰ ਦਿੰਦਾ, ਕਹਿੰਦਾ ਕਿ ਇੱਕੋ ਧੱਕਾ ਲਾਇਆ ਮੁਰਸ਼ਦ ਖੋਲ ਦਿੱਤੇ ਦਰਵਾਜ਼ੇ, ਇੱਕੋ ਧੱਕਾ ਲਾਇਆ ਮੁਰਸ਼ਦ ਖੋਲ ਦਿੱਤੇ ਦਰਵਾਜ਼ੇ ਢੋਲਾਂ ਸ਼ੰਖਾਂ ਤੇ ਮਰਦੰਗਾਂ ਦੇ। ਮੈਨੂੰ ਹੁਣ ਅੰਦਾਜ਼ੇ ਧੰਨ ਧੰਨ ਮੇਰਾ ਮੁਰਸ਼ਦ ਫਕਰਾ ਜੋ ਮਿਹਰਾ ਨਾ ਨਵਾਜੇ। ਉਹ ਨਵਾਜਿਸ਼ ਕਰਮ ਹੋ ਜਾਂਦਾ, ਤਰੰਗ ਭਾਗ ਵੱਖਰੇ ਹੋ ਜਾਂਦੇ ਆ, ਔਰ ਜਦੋਂ ਨਵਾਜਿਸ਼ ਹੋ ਜਾਂਦੀ ਹੈ ਫਿਰ ਇਸ਼ਕ ਜਿਹੜਾ ਉਹਦੀ ਉਪਜ ਹੁੰਦੀ ਹੈ। ਇਸ਼ਕ ਉਹ ਜਿਹੜਾ ਹਕੀਕੀ ਇਸ਼ਕ ਦੀ ਲਹਿਰ ਵਾਲਾ ਇਸ਼ਕ ਹੁੰਦਾ, ਪਰ ਇਹ ਰੂਹਾਂ ਜਿਹੜੀਆਂ ਇਹ ਇਸ਼ਕ ਜਿਹੜਾ ਉਹ ਕੋਈ ਕੋਈ ਹਟਾ ਪਾਉਂਦਾ। ਕਿਸੇ ਕਿਸੇ ਨੂੰ ਸਮਝ ਇਸ ਇਸ਼ਕ ਦੀ ਹੈ, ਦੁਨਿਆਵੀ ਇਸ਼ਕ ਦੀ ਗੱਲ ਨਹੀਂ, ਇਹ ਦੁਨਿਆਵੀ ਇਸ਼ਕ ਤੋਂ ਪਾਰ ਦੀ ਗੱਲ ਹੈ। ਕਹਿੰਦਾ ਕਿ ਇਸ ਇਸ਼ਕ ਦੀ ਰਮਜ ਅਨੋਖੀ ਹੈ, ਕੋਈ ਟਾਵਾਂ ਟਾਵਾਂ ਜਾਣੇ ਸਰਕਾਰ ਇਸ ਇਸ਼ਕ ਦੀ ਰਮਜ।
Let's go.
ਦੁਨੀਆਂ ਤੇ ਸੱਤ ਪਿਆਲੇ ਫਕੀਰੀ ਦੇ ਹੋਏ, 14 ਘਰਾਣੇ, 7 ਦੇਵੀਆਂ, 10 ਗੁਰੂ, 5 ਪੀਰ, 22 ਖਵਾਜੇ, 6 ਪਿਆਲੇ ਤੇ 7ਵਾਂ ਕਾਫਰ। ਕਾਫਰ ਕਿਉਂ? ਕਿ ਸ਼ਾਹ ਮਨਸੂਰ ਨੂੰ ਸੂਲੀ ਚੜ੍ਹਨਾ ਪੈ ਗਿਆ ਇਸ ਇਸ਼ਕ ਦੀ ਖਾਤਰ। 5 ਪਿਆਲੀਆਂ ਇਸ਼ਕ ਦੀਆਂ ਤੇ ਅਸਾਂ ਅੰਮ੍ਰਿਤ ਦੇ ਕਰਕੇ ਪੀਤੀਆਂ ਨੇ, ਪੀਪੂ ਤੇ ਅਸੀਂ ਸੌ ਗਏ ਸਾਂ ਤੇ ਨਸ਼ਾ ਚੜ ਗਿਆ ਭਾਂਗ ਪਰਿਤੀਆਂ ਨੇ। ਸਾਡੇ ਬਾਬਾ ਜੀ ਸੰਤ ਰਿਸ਼ੀ ਠਾਕਰ ਦਾਸ ਨੂੰ ਪਿਆਰ ਕਰਦੇ, ਜਿਨ੍ਹਾਂ ਨੇ ਨਗਰੀ ਵਸਾਈ, ਉੱਥੋਂ ਸ਼ੁਰੂ ਕਰਨ ਲੱਗਾ, ਉਸ ਤੋਂ ਬਾਅਦ ਕਿਵੇਂ ਕਹੋਗੇ। ਮਾਵਾਂ ਮੇਰੀਆਂ ਭੈਣਾਂ, ਕਿਉਂਕਿ ਮੇਰੀ ਸਰਕਾਰ ਦਾ ਮੇਲਾ ਚੱਲ ਰਿਹਾ, ਹੱਥ ਉੱਪਰ ਕਰੋ, ਤਾੜੀ ਮਾਰਨੀ। ਉਹਨਾਂ ਨੇ ਨਗਰੀ ਵਸਾ ਦਿੱਤੀ, ਤੁਸੀਂ ਉਹਦੇ ਨਾਮ 'ਤੇ ਇੰਨਾ ਜ਼ਰੂਰ ਕਰਨਾ ਹੈ ਕਿ ਤੁਹਾਡਾ ਵੀ ਕਰਜ਼ ਲੱਥ ਸਕੇ। Come on.
ਭਾਜੀ ਢੋਲਕਾਂ ਬਹੁਤ ਜ਼ਿਆਦਾ ਇੱਥੇ ਪੈਂਦੀਆਂ ਕੰਨਾਂ ਨੂੰ, ਥੋੜ੍ਹੀ ਥੋੜ੍ਹੀ ਇੱਧਰ ਆਵਾਜ਼ ਬੋਲਦਾ ਤਾਂ ਇੱਧਰ ਨੂੰ ਸਾਊਂਡਿੰਗ ਕਰਦੇ ਹੋ, ਪਤਾ ਲੱਗਣਾ ਚਾਹੀਦਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਰੀਆਂ ਬਗਲਾਂ 'ਚ ਹੱਥ ਦੇ ਕੇ ਬੈਠੀਆਂ ਸਰਕਾਰ ਦੇ ਨਾਮ ਲੈ ਗਈ। ਏਦਾਂ ਹਾਜ਼ਰੀਆਂ ਮਨਜ਼ੂਰ ਨਹੀਂ ਹੋਣੀਆਂ, ਜਿਹੜੇ ਕਿਹੜੇ ਕੁਝ ਲਾਈਨ ਆਏ ਆ ਨਾ ਜ਼ੋਰ ਦਾ, ਉਹ ਪਤਾ ਲੱਗਣਾ ਚਾਹੀਦਾ ਹੈ।
ਪਤਾ ਨਹੀਂ ਉਹਨੇ ਕਦੋਂ ਕੱਖ ਤੋਂ ਲੱਖ ਬਣਾ ਕੇ ਚਲਾ ਜਾਂਦਾ, ਕਹਿੰਦੇ ਦੇ ਕੇ ਕੱਖ ਜਾਂਦਾ ਕਰਕੇ ਲੱਖ ਜਾਂਦਾ। ਉਹਦੇ ਪਾਟੇ ਕੱਪੜੇ, ਉਹਦਾ ਲਿਬਾਸ, ਉਹਦਾ ਰਹਿਣ ਸਹਿਣ ਬਹਿਣ ਕਹਿਣ, ਉਹ ਦੁਨੀਆ ਤੋਂ ਅਲੱਗ ਹੁੰਦਾ। ਤੇ ਇਸ ਕਰਕੇ ਜਦੋਂ ਵੀ ਕੋਈ ਸਾਡੇ ਘਰ ਦੇ ਵਿੱਚ ਫਕੀਰ ਰੂਹ ਕਿਤੇ ਮਿਲਦੀ ਹੈ ਨਾ, ਤੁਹਾਨੂੰ ਸਜਦਾ ਜ਼ਰੂਰ ਹੋਣਾ ਚਾਹੀਦਾ। ਇਹੋ ਸੀ ਗੱਲ ਕਰਨ ਲੱਗਾ ਸਰ, ਗੌਰ ਕਰਿਓ। ਇੱਕ ਹੱਥ ਤਸਵੀਰ ਤੇ ਆ, ਦੂਜੇ ਹੱਥ ਕਾਸਾ ਹੋ ਮੰਗਣਾ ਫਕੀਰ ਹੋ ਕੇ ਆ ਦੁਨੀਆ ਦੇ ਵਸਾ। ਕੋਈ ਵੀ ਮਾਂ, ਕੋਈ ਵੀ ਭੈਣ ਜਾਂ ਭਰਾ ਜਾਂ ਬਾਪ ਕਦੇ ਨਹੀਂ ਚਾਹੁੰਦਾ ਕਿ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਫਕੀਰ ਹੋਵੇ। ਕੋਈ ਚਾਹੁੰਦਾ ਹੈ ਜਾਂ ਕੋਈ ਜਿੰਦੀ ਵਸਦੀ ਹੱਸਦੀ ਰੂਹ, ਕੋਈ ਦੱਸਦੇ ਜੇ ਕੋਠੀਆਂ ਕਾਰਾਂ ਐਸ਼ ਆਰਾਮ ਛੱਡ ਕੇ ਜੇ ਕੁਲੀਆਂ 'ਚ ਬਹਿਣਾ ਚਾਹੁੰਦੀ ਹੈ ਕੋਈ? ਜੇ ਹੈ ਤਾਂ ਕੋਈ ਹੱਥ ਖੜੇ ਕਰੋ। ਇਹ ਪਿਛਲੇ ਜਨਮ ਦੀਆਂ ਮੋਹਰਾਂ ਲੱਗੀਆਂ ਹੁੰਦੀਆਂ ਜਿਹੜੀਆਂ ਫਿਰ ਇੱਥੇ ਆ ਕੇ ਤਾਪ ਮਿਲਦੇ। ਉਹ ਕਰਮਾਂ ਵਾਲੀਆਂ ਮਾਵਾਂ ਹੁੰਦੀਆਂ ਜਿਹਨਾਂ ਦੇ ਪੁੱਤ ਫਕੀਰ ਹੁੰਦੇ, ਜਿਹਨਾਂ ਦਾ ਜੱਗ 'ਤੇ ਨਾਮ ਹੁੰਦਾ। ਕਹਿੰਦੇ ਤਾਸਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਬਲਦੇ ਸਦਾ, ਇਹਨਾਂ ਦੇ ਸਿਰ ਤੇ ਧਰਤੀ ਖੜੀ ਹੈ ਕਾਇਮ ਹੈ। ਇੱਕ ਹੱਥ ਤਸਵੀਰ ਤੇ ਆ, ਦੂਜੇ ਹੱਥ ਕਾਸਾ ਮੰਗਣਾ ਫਕੀਰ ਹੋ ਕੇ ਉਹ ਦੁਨੀਆ ਦੇ ਹਸਾ। ਦਰੋਂ ਖਾਲੀ ਮੋੜੀਏ ਨਾ,
ਮੈਨੂੰ ਇੱਕ ਮਿੰਟ ਨਾ ਕਿਸੇ ਬੰਦੇ ਨੇ ਸਵਾਲ ਕਰਤਾ ਹੈ, ਕਹਿੰਦੇ ਯਾਰ ਜਿੰਨੇ ਫਕੀਰ ਬੈਠੇ ਹੁੰਦੇ ਨਾ ਜਾਂ ਕਿਸੇ ਵੀ ਰੱਬ ਨੂੰ ਪਿਆਰ ਕਰਨ ਵਾਲੇ ਦਾ ਰੁਤਬਾ ਕੀ ਹੁੰਦਾ, ਚਿੱਟੇ ਵਸਤਰ ਕਿਉਂ ਪਹਿਨਦੇ? ਸੰਤਾਂ ਮਹਾਂਪੁਰਸ਼ਾਂ ਦੇ ਤੁਸੀਂ ਅਕਸਰ ਹੀ ਦੇਖੇ ਹੈ ਨਾ, ਤਾਂ ਕਿਸੇ ਦਾ ਸਵਾਲ ਸੀ ਬੜਾ ਉਚਲਾ ਲਾਇਆ। ਇਹਦਾ ਇਹ ਹੈ ਅੱਜ ਜਿੰਨੇ ਦੁਨਿਆਵੀ ਲੋਕ ਹੈ ਨਾ ਮੌਤ ਤੋਂ ਬੜਾ ਡਰਦੇ ਆ। ਇੱਕ ਫਕੀਰ ਆ ਜਿਹੜੇ ਪਹਿਲਾਂ ਖੱਪਣਾ ਆਪਣੇ ਸਰੀਰ ਤੇ ਪਹਿਨ ਕੇ ਜਾਂਦੇ ਆ ਜੀਂਦੇ, ਇਹਨਾਂ ਨੂੰ ਪਤਾ ਹੁੰਦਾ ਮੌਤ ਮੌਤ ਦੇ ਜਦੋਂ ਮਰਜ਼ੀ ਬੁੱਕਲ ਜਵਾ ਲਓ। ਇਹ ਚਿੱਟੇ ਕੱਪੜਿਆਂ ਵਾਲੇ ਇੱਕ ਵਾਰੀ ਜ਼ੋਰਦਾਰ ਤਾੜੀ ਲਾਓ। ਜਿਹੜੇ ਪਹਿਲਾਂ ਦੇਖੀ ਬੈਠੇ, ਜਿਹੜੇ ਪਹਿਲਾਂ ਦੇਖੀ ਬੈਠੇ ਆਪਣੀ ਮੂੰਹੋਂ ਮਾਰਾ ਬੋਲੀਏ ਨਾ। ਆਇਆ ਹੀ ਨਹੀਂ ਉਹਨੂੰ ਠਾਕਰ ਦਾ
ਦੱਸ ਜੀ ਕੀ ਦੇਵੇ ਕੀ ਦੇਵੇ ਜਿਹਨੇ ਬਹਿ ਕੇ ਕਿਰਦਾਰ ਸਾਡੇ ਘਰ ਦੇ ਵਿੱਚ ਵਿਆਹ ਹੋਵੇ ਨਾ ਫੰਕਸ਼ਨ ਹੋਵੇ ਵੈਸੇ ਲੋਹੜੀ ਪਾਉਣੀ ਹੋਵੇ ਨਾ ਤਾਂ 6-7 ਮਹੀਨੇ ਪਹਿਲਾਂ ਰਹਿਸਾ ਸ਼ੁਰੂ ਹੋ ਜਾਂਦੀ ਆ ਸੂਟਾਂ ਦੀ ਬੋਲੀਆਂ ਦੀ ਗਿੱਧਿਆਂ ਦੀ ਖੁਸ਼ਾਂ ਦੀ ਮੇਰੀ ਸਰਕਾਰ ਦਾ ਵਿਆਹ ਤਾਂ ਸਾਰੇ ਬਸ ਪਕੌੜੇ ਖਾਂਦੇ ਸਭ ਮਸਤ ਹੋ ਕੇ ਮਹਿੰਦੀ ਜਾਂਦੇ ਹੱਥ ਉੱਪਰ ਕਰੋ ਪਤਾ ਲੱਗੇ ਭੈਣ ਜੀ ਆਪਾਂ ਅੱਜ ਹੀ ਕਹਿਣਾ ਵਾਰ ਵਾਰ ਕਹਿਣਾ ਨਹੀਂ ਲੋਕਾਂ ਨੂੰ ਜਗਰਾਤਾ ਰਾਣੀ ਬਸ ਉਹਨਾਂ ਨੇ ਮੁੜ ਕੇ ਤਾੜੀਆਂ ਮਰਵਾਉਣੀਆਂ ਅੱਜ ਤੋਂ ਬਾਅਦ ਫਿਰ ਇਹ 365 ਦਿਨ ਲੱਗ ਜਾਂਦੇ ਆ ਅੱਜ ਦੀ ਰਾਤ ਅੜੀ ਅੱਖੀਆਂ ਮੁਰਸ਼ਿਦ ਸੰਗ ਲੱਗੀਆਂ ਕਰਨ ਕਲਾ ਮੇ ਪੰਜ ਪੀਰਾਂ ਦੀ ਕਰਨ ਕਲਾ ਮੇ
ਹੀਰ ਨੂੰ ਥਾਪੜਾ ਹੋਇਆ ਇਹਨਾਂ ਦਾ ਉਹਨਾਂ ਦੀ ਰਹਿਮਤ ਦੇ ਨਾਲ ਹੀਰ ਦਾ ਇਸ਼ਕ ਪੈਦਾ ਹੋਇਆ ਸੀ ਤੇ ਪੰਜ ਪੀਰਾਂ ਦਾ ਥਾਪੜਾ ਸੀ ਸੱਚੇ ਆਸ਼ਕਾਂ ਦੀਆਂ ਨਿਸ਼ਾਨੀਆਂ ਤੇ ਰਾਂਝਾ ਚਾਰ ਤਖਤਾਂ ਦਾ ਮਾਲਕ ਹੋ ਕੇ ਜਿਨ੍ਹਾਂ ਨੇ ਸੱਜਣ ਚੋਂ ਰੱਬ ਦੇਖੇ ਉਹਦਾ ਨੌਕਰ ਹੋ ਗਿਆ ਮੱਛੀਆਂ ਚਲਾਈਆਂ ਸ਼ਖਸੀਅਤਾਂ ਲਈ ਇਹਨਾਂ ਰੂਹਾਂ ਲਈ ਪਾਕੀਜ਼ਾਂ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ ਕਿਉਂਕਿ ਇਹ ਨੂਰ ਜਿਹੜਾ ਵੱਖਰਾ ਇਹ ਰੰਗ ਵੱਖਰਾ ਕਹਿੰਦਾ ਕਿ ਰੰਗ ਰੰਗ ਦੀ ਮਹਿਫਲ ਮਾਣੀ ਮੈਂ ਇਸ ਮਹਿਫਲ ਦੇ ਕੁਝ ਰੰਗ ਵੱਖਰੇ ਰੰਗ ਰੰਗ ਦੀ ਮਹਿਫਲ ਮਾਣੀ ਮੈਂ ਇਸ ਮਹਿਫਲ ਦੇ ਕੁਝ ਰੰਗ ਵੱਖਰੇ ਇਹ ਮਹਿਫਲ ਬੇਪਰਵਾਹਾਂ ਦੀ ਇਹ ਮਹਿਫਲ ਬੇਪਰਵਾਹਾਂ ਦੀ ਇਸ ਮਹਿਫਲ ਦੇ ਕੁਝ ਸੰਗ ਵੱਖਰੇ ਕੁੱਲੇ ਦੁਨੀਆਦਾਰੀ ਇੱਥੇ ਮਰ ਜਾਂਦੀ ਦੁਨੀਆਦਾਰੀ ਇੱਥੇ ਮਰ ਜਾਂਦੀ ਇਸ ਮਹਿਫਲ ਦੇ ਕੁੱਲੇ ਜੰਗ ਵੱਖਰੇ ਰੰਗ ਰੰਗ ਦੀ ਮਹਿਫਲ ਮਾਣੀ ਮੈਂ ਪਰ ਇਸ ਮਹਿਫਲ ਦੇ ਰੰਗ ਵੱਖਰੇ ਕਿਉਂ ਹੈ ਕਿ ਸਰਕਾਰਾਂ ਇੱਥੇ ਆਪ ਸਾਕਸ਼ਾਤ ਉਹਨਾਂ ਦੇ ਕਦਮ ਪਏ ਇਬਾਦਤ ਹੋਈ ਹੈ ਇੱਕ ਵਾਰ ਉਹਨਾਂ ਵਲੀਆਂ ਸਰਕਾਰਾਂ ਲਈ ਜ਼ੋਰਦਾਰ ਤਾੜੀਆਂ ਚਾਹੀਦੀ ਕਿਉਂਕਿ ਸੱਚੀ ਮੁੱਚੀ ਮਜ਼ਾ ਆ ਰਿਹਾ ਜਦੋਂ ਰੂਹ ਖਿੜਦੀ ਹੈ ਤਾਂ ਫਿਰ ਰੰਗ ਭਾਗ ਲੱਗਦੇ ਹੈ ਔਰ ਇੱਧਰੋਂ ਵੀ ਰੂਹ ਖਿੜੀ ਹੋਈ ਹੈ ਤੇ ਇੱਧਰੋਂ ਵੀ ਰੰਗ ਭਾਗ ਜਦੋਂ ਕਹਿੰਦੇ ਕਿ
ਤੰਦੂਰ ਦੇ ਨਾਲ ਜਿਵੇਂ ਜੱਸਾ ਵੀ ਦੱਸਦਾ ਹੁੰਦਾ ਕਿ ਤੰਦੂਰ ਨਾਲ ਜਦੋਂ ਰੋਟੀ ਬਣ ਕੇ ਚਿੰਬੜਦੇ ਆ ਤਾਂ ਫਿਰ ਮਜ਼ਾ ਆਉਂਦਾ ਤੇ ਐਸਾ ਲੁਤਫ ਜਿਹੜਾ ਆ ਰਿਹਾ ਤੋਂ ਬਹੁਤ ਬਹੁਤ ਸ਼ੁਕਰਾਨਾ ਬਹੁਤ ਸਾਰੀ ਮੁਹੱਬਤ ਹੈ ਔਰ ਫਕੀਰੀ ਜੋ ਬੜੀ ਜਲਦੀ ਆ ਜਾਣੀ ਹੈ ਔਰ ਇਹ ਨੀਂਦਰਾ ਟਰੈਕ ਜੋ ਹੁਣੇ ਗਾਇਆ ਇਹਦੀ ਵੀਡੀਓ ਤਿਆਰ ਹੈ ਬੜੀ ਜਲਦੀ ਤੁਹਾਡੇ ਕਚਹਿਰੀ ਵਿੱਚ ਹਾਜ਼ਰ ਹੋ ਜਾਣੀ ਹੈ ਤੁਸੀਂ ਮੋਹਰ ਲਾ ਦੇਣੀ ਹੈ ਔਰ ਗੱਲ ਰਮਜ਼ਾਨ ਦੀ ਹੈ ਗੱਲ ਸਮਝ ਆਉਂਦੀ ਹੈ ਔਰ ਕਹਿੰਦੇ ਕਿ ਦੱਸ ਗਏ ਵੈਦ ਗ੍ਰੰਥ ਕੇ ਜੁਗਤਾ ਮੈਂ ਸਭ ਲਈ ਕਹਿੰਦਾ ਸਾਡੇ ਲਈ ਵੀ ਹੈ ਦੱਸ ਗਏ ਵੈਦ ਗ੍ਰੰਥ ਕੇ ਜੁਗਤਾ ਸਾਡਾ ਵੀ ਨਿੱਕਾ ਜਿਹਾ ਨੁਕਤਾ ਦੱਸ ਗਏ ਵੈਦ ਗ੍ਰੰਥ ਕੇ ਜੁਗਤਾ ਸਾਡਾ ਵੀ ਨਿੱਕਾ ਜਿਹਾ ਨੁਕਤਾ ਸੁਰਨੀਵਾ ਕਰ ਚੱਲਿਆ ਕਰ ਜੇ ਰੱਖਣੀ ਕਾਇਮ ਸਰਦਾਰੀ ਜੇ ਨਾ ਪਾਉਣਾ ਚਾਹੁੰਦਾ ਰੱਖ ਨਾਲ ਫਕੀਰਾ ਯਾਰੀ ਕੁੰਡਾ ਖੜਕਾਵੇ ਫੱਕਰ ਕੋਈ ਨਾ ਗੁੱਸੇ ਦੇ ਵਿੱਚ ਖੋਲੀ ਕੁੰਡਾ ਖੜਕਾਵੇ ਫੱਕਰ ਕੋਈ ਨਾ ਗੁੱਸੇ ਦੇ ਵਿੱਚ ਖੋਲੀ ਮਰ ਕੇ ਹੀ ਕੋਈ ਮੰਗਦਾ ਬੰਦਾ ਨਾ ਬੋਲ ਮੰਨਦਾ ਕੋਈ ਬੋਲੀ ਜਦ ਰੱਬ ਪਰਖਦਾ ਬੰਦੇ ਨੂੰ ਕਦੇ ਰਾਜਾ ਬਣੇ ਕਦੇ ਭਿਖਾਰੀ ਜੇ ਨਾ ਪਾਉਣਾ ਚਾਹੁੰਦਾ ਰੱਖ ਨਾਲ ਫਕੀਰਾ ਯਾਰੀ ਇਹ ਪਰਿਵਾਰ ਕੁਮਾਰ ਪਰਿਵਾਰ ਸਾਡੀ ਮਾਤਾ ਜੀ ਮਾਤਾ ਜੈਂਤੀ ਜੀ ਜਿਨ੍ਹਾਂ ਨੇ ਦਰਬਾਰ ਬਣਾਇਆ ਜਿਨ੍ਹਾਂ ਨੇ ਸੇਵਾਦਾਰੀ ਜਿਹੜੀ ਨਿਭੀ ਹੈ ਔਰ ਉਸ ਉਪਰੰਤ ਗੱਲ ਜਦੋਂ ਚੱਲਦੀ ਹੈ ਤਾਂ ਰਾਮਦਾਸ ਜੀ ਉਹਦੇ ਰਾਮ ਦੀ ਲੀਲਾ ਵਿੱਚ ਲੱਗੇ ਰਹੇ ਤਾਂ ਰੰਗ ਭਾਗ ਲੱਗੇ ਹੈ ਔਰ ਉਹ ਜਦੋਂ ਰੰਗ ਭਾਗ ਲੱਗਦੇ ਫਿਰ ਸਦਾਗਰ ਸਰਕਾਰ ਬਣਦੀ ਹੈ ਤਾਂ ਮੈਂ ਸਰਕਾਰਾਂ ਲਈ ਜ਼ੋਰਦਾਰ ਤਾੜੀਆਂ ਚਾਹੀਦੀ ਬਹੁਤ ਬਹੁਤ ਸ਼ੁਕਰਾਨਾ ਆਓ ਸਾਂਝ ਮੇਰਾ ਵੀਰ ਜੱਸਾ ਫਤਿਹਪੁਰੀਆ ਇਸ਼ਕ ਨੂੰ ਕੀਤੇ ਹੱਥ ਕਿਸੇ ਦੇ ਕਦੀ ਮੱਝੀਆਂ ਚਰਾਏ ਬਾਬਾ ਜੀ ਹੁਣ ਉੱਠਣਾ ਪੈਣਾ ਇੱਧਰ ਵੀ ਮੇਰੇ ਵੀਰ ਖੜੇ ਆ ਸਾਰੇ ਨੇ ਜੋੜ ਲਾਉਣਾ ਪਰ ਲਾਇਓ ਉਹ ਜਿਹੜੀ ਲੱਗੀ ਹੈ ਦੂਸਰੇ ਨੂੰ ਫਾਇਦਾ ਨਹੀਂ ਹੈ ਥੱਕ ਜਾਓਗੇ ਇਸ਼ਕ ਜੀ ਦੇ ਪੇਸ਼ ਪੈ ਜਵੇ ਜੀ
ਆ ਜਿਹੜੇ ਮੇਲੇ ਹੁੰਦੇ ਨਾ ਮੁਸਲਮਾਨੀ ਲੈ ਜਾਂਦੇ ਸੁਲਤਾਨੀਆਂ ਦੇ, ਜ਼ਿਆਦਾਤਰ ਲੋਕ ਇਹ ਸਮਝੀ ਜਾਂਦੇ ਕਿ ਇਹਨਾਂ ਨੂੰ ਹੋਇਆ ਇਸ਼ਕ, ਸਭ ਨੂੰ ਹੋਇਆ ਇਸ਼ਕ, ਹਰ ਧਰਮ ਦੇ ਵਿੱਚ ਹੋਇਆ। ਜੇ ਇਸ਼ਕ ਨਾ ਹੁੰਦਾ ਤਾਂ ਕ੍ਰਿਸ਼ਨ ਮਹਾਰਾਜ ਬੋਸ ਨਹੀਂ ਲੰਘਦੇ, ਜੇ ਇਸ਼ਕ ਨਾ ਹੁੰਦਾ ਤਾਂ ਸੀਨਾ ਚੀਰ ਕੇ ਜੰਗੂਨਾ ਦਿਖਾਉਂਦੇ, ਜੇ ਇਸ਼ਕ ਨਾ ਹੁੰਦਾ ਤੇ ਆਰਿਆਂ ਦੇ ਨਾਲ ਖੋਪਰ, ਰੰਬੀਆਂ ਦੇ ਨਾਲ ਖੋਪਰ, ਆਰਿਆਂ ਦੇ ਨਾਲ ਚਸਪ ਚੀਰ ਦਿੱਤੇ। ਇਹ ਨਾ ਹੁੰਦਾ ਇਸ਼ਕ ਦੀ ਕੀ ਦੱਸਾਂ ਦੁਨੀਆਂ ਤੋਂ ਚੱਕ ਕੇ ਪਾਸੇ ਕਰ ਦਿੰਦਾ ਤੇ ਰੱਬ ਦੇ ਨਾਲ ਮਿਲਾਪ ਕਰਾਉਂਦਾ, ਉਹ ਵੀ ਫਕੀਰ ਹੈ ਜਿਹਨਾਂ ਨੂੰ ਇਸ਼ਕ ਹੋਇਆ ਤਾਂ ਰੱਬ ਨੂੰ ਥੱਲੇ ਬੁਲਾ ਲੈਂਦੇ, ਪਰ ਕਹਿੰਦਾ ਜੇ ਕਿਸੇ ਦਾ ਹੋਇਆ ਫਿਰ ਹੱਥ ਪੈ ਨਹੀਂ ਇਸ਼ਕੇ ਦਾ ਨਾ ਨਾ ਰਹਿ ਸਕਦਾ। ਕਰ
ਸਾਡੇ ਮਾਈ ਜੀ ਕੁਲਵਿੰਦਰ ਕਾਦਰੀ ਜੀ ਔਰ ਸਾਡੇ ਬਾਬਾ ਜੀ ਕਾਲਾ ਜੀ ਸਰਕਾਰ ਔਰ ਸਾਈਂ ਸਰਕਾਰ ਸਾਈਂ ਸੁਦਾਗਰ ਔਰ ਜਦੋਂ ਸਾਈਂ ਜਾਂ ਸਰਕਾਰ ਜੁੜ ਜਾਂਦਾ ਫਿਰ ਸ਼ਾਹੀ ਜਿਹੜੀ ਆਪਣੇ ਆਪ ਮਿਲ ਜਾਂਦੀ ਹੈ ਔਰ ਸਾਡੇ ਵੱਲੋਂ ਜਿੰਨਾ ਵੀ ਤੁਸੀਂ ਹੁਕਮ ਕਰਨਾ ਉਹਦੀ ਤਾਮੀਲ ਹੋਏਗੀ ਔਰ ਮੈਂ ਗੁਜ਼ਾਰਿਸ਼ ਕਰਦਾ ਜਿੰਨੀ ਵੀ ਸੰਗਤ ਬੈਠੀ ਹੈ ਆਪਾਂ ਸੰਗੋਸ਼ ਨਹੀਂ ਕਰਨਾ ਕਿਸੇ ਨੇ ਸੰਗਣਾ ਨਹੀਂ ਹੁਣ ਗੁਜ਼ਾਰਿਸ਼ ਰੰਗ ਜਿਹੜਾ ਅਤੇ ਬੇਨਤੀ ਜਦੋਂ ਇਕਲਾਮ ਗਾਇਆ ਜਾਏਗਾ ਤੁਸੀਂ ਨਾਲ ਨਾਲ ਚੁੱਕ ਸਕਦੇ ਹੋ ਉੱਠ ਕੇ ਆਪਾਂ ਗਿੱਧਾ ਪਾ ਸਕਦੇ ਭੰਗੜਾ ਪਾ ਸਕਦੇ ਹਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਆਪਾਂ ਨੱਚ ਕੇ ਸਰਕਾਰਾਂ ਨੂੰ ਮਨਾ ਲਈਏ ਗਾਓ ਸਾਜ ਮੇਰਾ ਵੀ ਜੱਸਾ ਫਤਿਹ ਪ੍ਰਿਆ ਜੀ ਸਜਣਾ ਸਦਕਾ ਤੁਹਾਡੇ ਰੱਬ ਨੂੰ ਸਾਡੇ ਵਿਦਾਰ ਹੋ ਕੋਈ ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਤੁਬੜੀਆਂ ਵਾਲੇ ਪਾਣੇ ਪਾਉਂਦੇ ਰੱਬ ਨੇ ਮਰ ਇੰਨੀ ਸੁਣ ਕੇ ਚੜਿਆ ਗੁੱਸਾ ਅੱਗੇ ਉਹ ਸੱਚ ਫੁਰ ਉਹ ਕੀਤਾ ਜੋ ਚੰਗਾ ਲੱਗਿਆ ਮੇਰੇ ਸਲਵਾਰ
Oh,
ਸਹਾਰਾ ਕੁੱਲ ਬੱਲੀਆਂ ਦੇ ਕੰਧੇ ਕਦਮ ਸਰਕਾਰ ਦਾ ਹਾਰਦਾ ਨਹੀਂ ਜਿਹੜਾ ਮੀਨਾ ਉਸ ਨੂੰ ਪੁਕਾਰਦਾ ਗਿਆਰਵੀਂ ਵਾਲੀ ਸਰਕਾਰ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਜਿਹਨੇ ਮਾਈ ਨੂੰ ਦਾ 12 ਸਾਲ ਬੇੜਾ ਸਾਹਿਬ ਕੇ ਰੱਖਿਆ ਜਿਹਨੇ ਚਿਰ ਦੀਆਂ ਪਈਆਂ ਕਬਰਾਂ ਨੂੰ ਪੈਰਾਂ ਦੀਆਂ ਠੋਕਰਾਂ ਦੇ ਨਾਲ ਵਿੱਚੋਂ ਮੁਰਦੇ ਖੜੇ ਕੀਤੇ ਆ ਜਿਹਨੇ ਕਿਸਨਾ ਹੀਰ ਫਰਿਸ਼ਤੇ ਤੋਂ ਇੱਕ ਥੱਪੜ ਮਾਰਿਆ 552 ਦਿਖਾ ਲੈਂਦੀ ਆ ਮੇਰੀ ਸਰਕਾਰ ਬਗਦਾਦ ਸ਼ਹਿਰ ਵਾਲੇ ਜਿਵੇਂ ਅੱਜ ਜਵਾਕ ਬਾਂਟਿਆਂ ਦੇ ਨਾਲ ਖੇਡਦੇ ਨੇ ਕੌਡਾਂ ਦੇ ਨਾਲ ਖੇਡਿਆ ਕਰਦੇ ਸੀ ਅੱਜ ਵੀ ਬਗਦਾਦ ਸ਼ਹਿਰ ਦੇ ਵਿੱਚੋਂ ਸ਼ਾਹੇ ਸਲਾਨੀ ਮਹਿਬੂਬੇ ਸਹਾਨੀ ਰੁਤਬੇ ਰੂਹਾਨੀ ਜਿਹਨਾਂ ਨੂੰ ਪਰਮਾਤਮਾ ਨੇ ਰੁਤਬੇ ਦਿੱਤੇ ਆ ਕੌਡਾਂ ਖੇਡਿਆ ਕਰਦੇ ਸੀ 7 ਸਾਲ ਦੀ ਉਮਰ ਦੇ ਵਿੱਚ ਇੱਕ ਦਿਨ ਕੀ ਹੋਇਆ ਕੌਡਾ ਖੇਡਣ ਦਾ ਸਮਾਂ ਹੋ ਗਿਆ ਘਰ ਤੋਂ ਬਾਹਰ ਆ ਗਏ ਕੌਡਾ ਲੈ ਕੇ ਜਿਹੜੇ ਮਿੱਤਰ ਦੇ ਨਾਲ ਜਿਹੜੇ ਸੱਜਣ ਦੇ ਨਾਲ ਕੌਡਾ ਖੇਡਿਆ ਕਰਦੇ ਸੀ ਨਜ਼ਰ ਨਹੀਂ ਆਈ ਅੱਖਾਂ ਮੀਚੀਆਂ ਸੱਤਵੇਂ ਸਮਾਨ ਇਸਦਾ ਹੀਲ ਫਰਿਸ਼ਤਾ 552 ਰੁਪਏ ਲੈ ਕੇ ਜਾ ਰਿਹਾ ਮੇਰੀ ਸਰਕਾਰ ਨੇ ਅੱਖਾਂ ਮੀਚੀਆਂ ਸੱਤਵੇਂ ਸਮਾਨ ਜਾ ਕੇ ਖੜ ਗਿਆ ਮੂਹਰੇ ਕਹਿੰਦਾ ਇਸਦਾ ਹੀਲ 552 ਰੁਪਏ ਲੈ ਕੇ ਚਲਾ ਜਾ ਇੱਕ ਰੂ ਵਾਪਸ ਦੇ ਦੇ ਮੇਰਾ ਕੌਡਾ ਖੇਡਣ ਦਾ ਸਮਾਂ ਹੋ ਗਿਆ ਆਪ ਨੂੰ ਜਵਾਬ ਮਿਲ ਗਿਆ ਫਿਰ ਬੋਲੇ ਕਹਿੰਦੇ 552 ਰੁਪਏ ਲੈ ਜਾ ਥੱਪੜ ਮਾਰਿਆ ਕਹਿੰਦਾ ਜਾ ਜਾ ਕੇ ਰੱਬ ਨੂੰ ਦੱਸ ਦਈ ਕਿ ਗੌਸ ਮਿਲਿਆ ਸੀ 552 ਰੁਪਏ ਲੈ ਕੇ ਚਲਾ ਗਿਆ ਉਹਨੂੰ ਮਿਲੇ ਗਿਆ ਕਿ ਸਰਕਾਰ ਜਿਹੜਾ ਰੱਬ ਦੇ ਨਾਲ ਵਾਅਦਾ ਕਰਕੇ ਜੰਮਿਆ ਕਿ ਤੇਰੇ ਤੋਂ ਪਹਿਲਾਂ ਮੇਰੀ ਚੱਲੂਗੀ ਜੋ ਜੰਮੀ ਨਾ ਸੋ ਤਾਲਬ ਮੇਰਾ ਜਿੰਨੀ ਵੀ ਦੁਨੀਆਂ ਦੇ ਅਜੀਬ ਜੰਤੂ ਇਨਸਾਨੀਅਤ ਪੈਦਾ ਹੋਈ ਹੈ ਮੇਰੀ ਗੌਸ ਪਾਕ ਸਰਕਾਰ ਦੇ ਹੁਕਮ ਦੇ ਨਾਲ ਹੋਈ ਹੈ ਬਹੁਤ ਸਾਰੇ ਬਾਬਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਵਾਦੀ ਚੱਲੀ ਕਿੱਥੋਂ ਇੱਕ ਦਿਨ ਖਵਾਜਾ ਸਾਹਿਬ ਆ ਗਏ ਖਵਾਜਾ ਸਾਹਿਬ ਕਹਿੰਦੇ ਮੇਰਾ ਦਿਲ ਖੁਸ਼ ਕਰੋ ਗੌਸ ਕੋਈ ਗਾਉਣਾ ਵਜਾਉਣਾ ਇੱਥੇ ਹੋਣਾ ਚਾਹੀਦਾ ਮੇਰੀ ਸਰਕਾਰ ਨੇ ਸੇਵਾਦਾਰਾਂ ਨੂੰ ਬੁਲਾਇਆ ਕਹਿੰਦੇ ਮੇਰੀ ਸਰਕਾਰ ਦਾ ਹੁਕਮ ਹੈ ਖਵਾਜਾ ਪੀਰ ਦਾ ਹੁਕਮ ਹੈ ਗਰੀਬ ਨਵਾਜ਼ ਅਜਮੇਰ ਸ਼ਰੀਫ ਵਾਲੀ ਸਰਕਾਰ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਉਹਨਾਂ ਦੇ ਮੋਢੇ ਕਹਿੰਦੇ ਉਹਨਾਂ ਦਾ ਹੁਕਮ ਹੈ ਫਲਾਣੇ ਪਿੰਡ ਚਲੇ ਜਾਓ ਜਾਓ ਉੱਥੋਂ ਗਾਉਣ ਵਜਾਉਣ ਵਾਲੇ ਨੂੰ ਲੈ ਕੇ ਆਓ ਪੁੱਛਦੇ ਪੁੱਛਦੇ ਜਦੋਂ ਉਸ ਪਿੰਡ ਦੇ ਵਿੱਚ ਚਲੇ ਗਏ ਜਾ ਕੇ ਪੁੱਛਿਆ ਗਾਉਣ ਵਾਲਾ ਇੱਥੇ ਤਾਂ ਉਹਨਾਂ ਨੇ 110 ਸਾਲ ਮੁੱਕਿਆਂ ਨੂੰ ਹੋ ਗਏ ਆਪ ਉੱਥੋਂ ਆ ਗਏ ਆਪ ਦੇ ਚਰਨ ਵਿੱਚ ਪੇਸ਼ ਹੋਏ ਕਹਿੰਦੇ ਹਜ਼ੂਰ ਉਹ ਆ ਨਹੀਂ ਸਕਦੇ ਕਹਿੰਦੇ ਕਿਉਂ ਜਲਾਲਤ ਆ ਗਈ ਕਹਿੰਦੇ ਗੌਸ ਦਾ ਹੁਕਮ ਹੋਵੇ ਤਾਂ ਕਿਸੇ ਨੇ ਜਵਾਬ ਦੇ ਦਿੱਤਾ ਕਹਿੰਦੇ ਨਹੀਂ ਸਰਕਾਰ 110 ਸਾਲ ਮੁੱਕਿਆਂ ਨੂੰ ਹੋ ਗਏ ਕਹਿੰਦੇ ਗੌਸ ਦਾ ਹੁਕਮ ਹੋਵੇ ਤਾਂ ਉਹ ਕਬਰ ਦੇ ਵਿੱਚ ਵੜਿਆ ਪਿਆ ਹੋ ਉਦੋਂ ਥਾਲੇ ਸੀ ਮੁਰਦੇ ਕਹਿੰਦੇ ਜਾਓ ਕੋਈ ਉਹਨਾਂ ਦੀਆਂ ਪੈਰਾਂ ਵਿੱਚ ਖੜ ਜਾਓ ਉਹਨਾਂ ਨੂੰ ਦੱਸ ਦਿਓ ਕਿ ਗੌਸ ਦਾ ਹੁਕਮ ਹੈ ਖੜ ਜਾਓ 110 ਸਾਲ ਦੀਆਂ ਕਬਰਾਂ ਵੀ ਫਟ ਗਈਆਂ ਤਾਂ ਮੁਰਦਿਆਂ ਨੇ ਆ ਕੇ ਕੁਰਬਾਨੀ ਕੀਤੀ ਅੱਜ ਮੇਰੇ ਸ਼ਰੀਰ ਦੇ ਵਿੱਚ ਅੱਜ ਵੀ ਕਰਦੇ ਆ ਸਾਲ ਦੇ ਵਿੱਚ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਉਹੀ ਮੁਰਦੇ ਉੱਠ ਕੇ ਅੱਜ ਵੀ ਕੁਰਬਾਨੀ ਕਰਦੇ ਉਹਨੂੰ ਕਿਤੇ ਗੌਸ ਪਾ ਕੇ ਰੱਖਦੇ ਸਰਕਾਰ ਕਹਿੰਦੇ ਕੁੱਲ ਬੱਲੀਆਂ ਦੇ ਕੰਧੇ ਕਦਮ ਸਰਕਾਰ
ਜਿਹੜਾ ਮੀਰਾ ਬੋਸ ਨੂੰ ਪੁਕਾਰਦਾ ਤਾਂ ਢਾਈ ਕਲੰਦਰਾਂ ਦੀ ਦੁਨੀਆ ਸ਼ਾਬਾਸ਼ ਕਲੰਦਰ ਅਬੂ ਅਲੀ ਕਲੰਦਰ ਕਹਿੰਦੀ ਰੰਗ ਰਤਨੀ ਜੇ ਦੁਨਿਆਵੀ ਤੌਰ ਦਈਏ ਮਰਦ ਔਰ ਤੇ ਅੱਧੇ ਮਹਾਨ ਫਿਰ ਵੀ ਢਾਈ ਕਲੰਦਰਾਂ ਦੀ ਬਣਦੀ ਇਸ਼ਕ ਦੋ ਤਰ੍ਹਾਂ ਦਾ ਹੋਇਆ ਹਕੀਕੀ ਤੇ ਮਜ਼ਾਜੀ ਜਿਨ੍ਹਾਂ ਨੇ ਮੋਹਰਾਂ ਲਾ ਲਾ ਕੇ ਫਕੀਰ ਵੀ ਪੈਦਾ ਕੀਤੇ ਤਾਂ ਆ ਦੁਨਿਆਵੀ ਇਸ਼ਕ ਦੇ ਵਿੱਚ ਔਰਤ ਦੇ ਸਿਰ ਦੇ ਸਾਈ ਨੂੰ ਖਸਮ ਮੰਨੇ ਆ ਜਿਹੜੀ ਸਲਵਾਰ ਪੈਂਦੀ ਹੈ ਇੱਕ ਖਸਮ ਦੀ ਖਾਤਰ ਪੈਂਦੀ ਹੈ ਹਕੀਕੀ ਦੇ ਵਿੱਚ ਆਪਣੇ ਮੁਰਸ਼ਦ ਦੀ ਖਾਤਰ ਤੇ ਔਰਤ ਨੂੰ ਪਹਿਰਾਵਾ ਮਿਲਿਆ ਆਪਣੇ ਸਾਈ ਨੂੰ ਰਾਜ਼ੀ ਕਰਨ ਦੇ ਕਰੀ ਜ਼ੋਰਦਾਰ ਤਾਲੀ ਮਾਰੋ ਤੇ ਦੋਨਾਂ ਨੂੰ ਕਮਾਉਣ ਵਾਲਾ ਕੌਣ ਹੈ ਉਹਦੀ ਗੱਲ ਕਰ ਲੱਗਾ
ਸਾਡੇ ਤਾਂ ਮੁੰਦਰਾਂ ਹੀ ਉੱਥੋਂ ਪਈਆਂ ਜਿੱਥੇ ਜੰਮੇ ਆ। ਅਸੀਂ ਨਹੀਂ ਮੰਨਦੇ ਉਹ ਜਿਹਦਾ ਸੀ ਉਹਦਾ ਹੀ ਹੈ ਤੇ ਉਹਨੇ ਵੱਜ ਕੇ ਦੱਸਿਆ ਵੀ ਹੈ। Thank you.
ਕਰਦਾ ਕਿਉਂਕਿ ਜਦੋਂ ਗਿੱਧਾ ਆ ਜਾਵੇ ਨਾ ਉਹਦਾ ਪਾਲਾ ਹੀ ਦਾ ਹੁੰਦਾ ਹੈ, ਉਹ ਬੜਾ ਡਾਂਟਾ ਹੈ। ਜੇ ਆਪ ਪਵਾਉਣ ਤੇ ਆ ਗਿਆ ਫਿਰ ਸ਼ਰਾ ਨਹੀਂ ਵੇਖਦਾ, ਫਿਰ ਨਹੀਂ ਵੇਖਦਾ ਝੱਡਾ ਕਿੱਧਰ ਲਾਉਂਦਾ ਤੇ ਪਰਨਾ ਕਿੱਧਰ ਲਾ ਰਿਹਾ। ਇਸ ਕਰਕੇ ਆਪੇ ਪਾਓ ਜ਼ੋਰ ਨਾਲ ਤਾੜੀ ਮਾਰੋ ਦੇ ਸਾਰੀ ਦਿਲੋਂ ਬਲਾ ਕੇ ਸਾਡੀ ਨਾਲ ਖੁਦਾ ਦੇ ਯਾਰੀ ਮੰਦਰ ਮਸੀਤਾਂ ਗੁਰੂ ਦੁਆਰੇ ਤੇਰਾ ਹੀ ਦੱਸਣ ਟਿਕਾਣਾ ਤੈ ਦੁਨੀਆਂ ਨੂੰ ਕਮਲੀ ਕੀਤਾ ਬਣਿਆ ਹੈ ਬੈਠੇ ਨੂੰ ਬਾਰੋ ਲੱਭਦੇ
ਰੱਬ ਕਦੇ ਕਿਸੇ ਨੇ ਦੇਖਿਆ ਬਾਬਾ ਜੀ? ਇਹ ਮਹਿਸੂਸ ਕਰਨ ਦੀਆਂ ਗੱਲਾਂ, ਇੱਕ ਚੋਰ ਇੱਕ ਸਾਧ ਹਰ ਬੰਦੇ ਦੇ ਅੰਦਰ ਬੈਠੇ। ਕਿਸੇ ਦਾ ਚੋਰ ਹੈਵੀ ਹੋ ਜਾਂਦਾ ਹੈ ਤਾਂ ਕਿਸੇ ਦਾ ਸਾਧ ਜਿਹੜਾ ਦੱਬ ਗਿਆ ਉਹ ਦੂਸਰਾ ਫਿਰ ਚੜ੍ਹਾਈ ਕਰ ਦਿੰਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੰਦੇ ਦੇ ਅੰਦਰ ਰੱਬ ਵੱਸਦਾ ਹੈ, ਫਿਰ ਵੀ ਯਕੀਨ ਨਹੀਂ ਆ ਰਿਹਾ, ਸਾਨੂੰ ਖੁਦ ਵੀ ਨਹੀਂ ਆ ਰਿਹਾ। ਇਹ ਦਹਾਈਆਂ ਦੇਣ ਦੀਆਂ ਗੱਲਾਂ, ਰੋਟੀ ਦਾ ਸਾਧਨ ਹੈ, ਪਰ ਅੰਦਰ ਛਾਤੀ ਜ਼ਰੂਰ ਮਾਰਿਆ ਕਰੋ, ਅੰਦਰ ਦਿਲ ਨੂੰ ਜਗਾਇਆ ਕਰੋ। ਕਿਉਂਕਿ ਜਦੋਂ ਮਿਲ ਜਾਂਦਾ ਹੈ ਉਹਦੇ ਨਾਲ ਅੱਖ ਮਿਲ ਜਾਂਦੀ ਹੈ, ਉਹਦੇ ਨਾਲ ਤਾਰ ਮਿਲ ਜਾਂਦੀ ਹੈ, ਫਿਰ ਬੰਦਾ ਰੂਹਾਨੀਅਤ ਨੂੰ ਉਤਰਦਾ। ਅੱਜ ਦਾ ਜਾਗਰਣ ਸਤਸੰਗ ਜਾਂ ਮਹਿਫਲ ਕੁਛ ਵੀ ਹੈ, ਇਹ ਸੁਣਨ ਦਾ ਫਿਰ ਹੀ ਫਾਇਦਾ ਹੈ, ਫਿਰ ਹੀ ਸੰਪੂਰਨ ਹੋਣੀ ਹੈ, ਫਿਰ ਹੀ ਉਹਨੇ ਤੁਹਾਡੀ ਆਵਾਜ਼ ਸੁਣਨੀ ਹੈ। ਜੇ ਕਿਸੇ ਇੱਕ ਵੀ ਗੱਲ 'ਤੇ ਅਮਲ ਕਰਦੇ ਕਰਿਓ ਜ਼ਰੂਰ। ਸਾਡੀ ਨਾਲ ਖੁਦਾ ਦੇ ਯਾਰੀ ਭੁੱਲੀ ਬੈਠੇ
ਇਸ ਗੱਲ ਤੇ ਗੌਰ ਪਿੰਡ ਫਤਿਹਪੁਰ ਵਾਲੇ ਉਦਾਸੀ ਗੱਦੀ ਦੇ ਵਿੱਚ ਸ਼੍ਰੀ ਚੰਦ ਮਹਾਰਾਜ ਤੇ ਭੋਲੇ ਸ਼ੰਕਰ ਮਹਾਰਾਜ, ਉਹਨਾਂ ਦੀ ਗੱਲ ਕਰਨ ਲੱਗਾ, ਗੌਰ ਕਰਿਓ।
ਮੈਂ ਗਾਉਣਾ ਫਿਰ ਚ ਨੱਚਣਾ ਨਹੀਂ ਤਾਂ ਆ ਬੈਠਾ ਜੀ ਉਹਨੀ ਸੈਡ ਲੱਗਾ ਜੀ ਗਾਉਣ ਆ ਜਾਓ ਸਾਰੇ ਮਟੀਰੀਅਲ ਹੈਗਾ ਮੇਰਾ 800 ਗਾਣਾ ਪਹਿਲਾਂ ਲਿਖਿਆ 95 ਮੇਜਰ ਮੇਰਾ ਪਹਿਲਾ ਗੀਤ ਆਇਆ ਸੀ ਮੈਂ ਫਿਰ ਮਿੱਤਰਾਂ ਦੀ ਲੱਗਦੀ ਰੋਚ ਵਾਰੇ ਆ ਨੂਰ ਮੈਂ ਲਿਰਿਆ ਸਿੱਧੂ ਮਾਰਕੀਟ ਚ ਸਾਰੀ ਉਮਰ ਅਸਮਾਨ ਦੀ ਤੇ ਮੇਰੇ ਪੈਰ ਘੁੰਗਰੂ ਪਾਏ ਹੋਏ ਮੇਰੇ ਬਾਹੀ ਬੰਨ ਇਸ਼ਕ ਦੀਆਂ ਤੇ ਮੈਂ ਸਾਰੇ ਸ਼ੌਕ ਛੱਡਣੀ ਪੈ ਗਈ ਦੁਨੀਆਦਾਰੀ ਐਸੇ ਰੰਗ ਚੜ੍ਹਾ ਕੇ ਜਿੱਦ ਖੋਰਾ ਨੀ ਜਿੱਦ ਖੋਰਾ ਜਿੱਦ ਖੋਰਾ ਆ ਮੇਰਾ ਖਸਮ ਨੀ ਕੁੜੀ ਨੀ ਥਾਂ ਥਾਂ ਨੱਚਣ ਲਾ ਕੇ ਨੀ ਥਾਂ ਥਾਂ ਨੱਚਣ ਲਾ ਤੁਹਾਡੇ ਪਿੰਡ ਦਾ ਮਾਣ ਹੈ ਇਲਾਕੇ ਦਾ ਮਾਣ ਹੈ ਕਿਉਂਕਿ ਜਦੋਂ ਘਰ ਵਾਲੇ ਨਵਾਸਣ ਲੱਗ ਪੈਣ ਲੋਕ ਆਪੇ ਲੱਗ ਪੈਂਦੇ ਜਦੋਂ ਘਰ ਵਾਲੇ ਹਰਾ ਸ਼ਰੀਰ ਦੇ ਦੇਣ ਵੀ ਅਸੀਂ ਤੇਰੇ ਨਾਲ ਆ ਫਿਰ ਨਹੀਂ ਪਰਵਾਹ ਹੁੰਦੀ ਕੋਈ ਇਹਨਾਂ ਨੂੰ ਮਸਤੀ ਹੈ ਸਰਕਾਰਾਂ ਦੀ ਜਿਹੜੇ
ਸਰਕਾਰਾਂ ਦੀ ਮਾਂ ਰਿਸ਼ੀ ਠਾਕੁਰ ਦਾਸ ਜੀ ਇਸ਼ਾਦਾਰੀ ਸਰਕਾਰ ਨੂੰ ਮਸਾਂ ਨੂੰ ਪਿਆਰ ਕਰਦੇ ਨੇ ਕਿ ਆਪਾਂ ਨੂੰ ਪਿਆਰ ਨਹੀਂ ਹੈ, ਆਪਾਂ ਕੱਲੀ ਬੈਠੇ, ਆਓ ਖੜੇ ਹੋ ਜਾਓ, ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਓ, ਔਰ ਜਿਹਨਾਂ ਦੇ ਗੋਡੇ ਦੁਖਦੇ ਉਹ ਬਹਿ ਜਾਓ, ਕੋਈ ਚੱਕਰ ਨਹੀਂ, ਜਿਹਨਾਂ ਨੂੰ ਸਰਕਾਰਾਂ ਨਾਲ ਪਿਆਰ ਹੈ ਉਹ ਖੜੇ ਹੋ ਜਾਣਗੇ, ਆਓ ਮਸਤੀ ਲਈਏ। ਬਾਬਾ
ਨੱਚ ਤੇ ਨੱਚਣਾ ਪੈਂਦਾ ਯਾਰ ਨੂੰ ਪਾਉਣ ਲਈ
ਦੱਸਦਾ ਸਰ ਉਹ ਸੱਜਣ ਪਹਿਲੀ ਵਾਰ ਮਿਲਦਾ ਕਹਿੰਦਾ ਸ਼ਰਦਾ ਦੁਨੀਆਦਾਰੀ ਚੱਲ ਚੱਲੀਏ ਮਸਤਾਂ ਦੇ ਮਸਤ ਬਣਾ ਦੇਣਗੇ ਬੀਬਾ ਕੀ ਕਹਿੰਦਾ